ਤੁਹਾਡੇ ਸਾਥ ਤੋਂ ਬਿਨਾਂ ਨਹੀਂ ਹੋ ਸਕਦਾ। 10 ਸਾਲਾਂ ਦੇ ਵਿੱਚ ਲੱਖਾਂ ਲੋਕਾਂ ਦੀ ਅਗਰ ਹੈਲਪ ਕੀਤੀ ਹੈ ਉਹ ਤੁਸੀਂ ਕੀਤੀ ਹੈ। ਇਹ ਇਕੱਲੇ ਇਕੱਲੇ ਮਰੀਜ਼ ਦੀ ਨਾ ਬਹੁਤ ਵੱਡੀ ਤੇ ਬਹੁਤ ਡੂੰਘੀ ਕਹਾਣੀ ਹੈ ਜਿਹੜੀ ਮੈਂ ਇਨ ਸ਼ਾਰਟ ਤੁਹਾਨੂੰ ਜੇ ਦੱਸਾਂ ਤਾਂ ਉਹ ਦੱਸੀ ਨਹੀਂ ਜਾਣੀ ਕਿ ਇਹ ਭੈਣ ਕਿਸੇ ਟਾਈਮ ਮਰਨ ਤੱਕ ਜਾ ਰਹੀ ਸੀ, ਸੁਸਾਈਡ ਕਰਨ ਜਾ ਰਹੀ ਸੀ, ਪਰ ਇਹ ਤੁਹਾਡੇ ਸਾਰਿਆਂ ਦੇ ਸਾਥ ਨੇ ਬਚਾ ਲਿਆ ਇਹਨੂੰ। ਤੇ ਅਸੀਂ ਉਹਨੂੰ ਐਗਜ਼ਾਮਪਲ ਦੇਣੀ ਹੋਵੇ ਕਿ ਜੀਣ ਦਾ ਕਾਰਨ ਕੀ ਹੈ, ਉਹ ਇਹ ਬੰਦਾ ਹੈ ਪ੍ਰਵਾਸੀ ਪਰ ਇਹ ਸਾਡਾ ਸਕੇ ਭਰਾਵਾਂ ਨਾਲੋਂ ਵੱਧ ਕੇ। ਸਾਡੇ ਗਰੁੱਪ ਤੁਸੀਂ ਆ ਕੇ ਵਟਸਐਪ ਤੇ ਕਦੀ ਚੈੱਕ ਕਰੋ, ਮਹੀਨੇ ਦੀ 25-25-30 ਲੱਖ ਰੁਪਏ ਦੀ ਕਈ ਵਾਰ ਦਵਾਈ ਚੱਲ ਜਾਂਦੀ ਹੈ। ਇਹ ਸਭ ਕੁਝ ਤੁਸੀਂ ਕਰ ਰਹੇ ਹੋ, ਮੇਰੀ ਕੋਈ ਔਕਾਤ ਨਹੀਂ, ਨਾ ਮੇਰੇ ਕੋਲ ਇੰਨੇ ਪੈਸੇ ਨੇ ਕਿ ਇਸ ਤੋਂ ਪਹਿਲੀ ਵਾਲੀ ਜਿਹੜੀ ਤੁਸੀਂ ਵੀਡੀਓ ਦੇਖੀ ਹੋਏਗੀ ਉਹ ਸਾਡੀ ਨਵੀਂ ਲੋਕੇਸ਼ਨ ਏਕਜ਼ਰੀਆ ਫਾਊਂਡੇਸ਼ਨ ਦੀ ਜਿਹੜੀ ਤੀਰਥ ਬਣ ਜਾ ਰਿਹਾ ਉਹਦੇ ਵਿੱਚ ਵੀ ਆਪਣਾ ਯੋਗਦਾਨ ਜ਼ਰੂਰ ਪਾਇਓ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਮਾਤਾ ਦੀ, ਰਾਮ ਰਾਮ ਜੀ। ਦਿਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਅੱਜ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਹਰ ਇੱਕ ਸਰੋਤੇ ਦਾ, ਭਾਵੇਂ ਜਿੰਨੇ ਅਜੇ ਤੱਕ ਸਾਡੀ ਵੀਡੀਓ ਕਦੀ ਇਕੱਲੀ ਲਾਈਕ ਹੀ ਕੀਤੀ ਹੋਵੇ, ਇਕੱਲਾ ਇੱਕ ਕਮੈਂਟ ਕੀਤਾ ਹੋਵੇ, ਜਿਹੜਾ ਤਾਂ ਸੇਵਾ ਕਰਨ ਆਇਆ ਹੋਵੇ, ਜਿਹੜਾ ਵੀ ਟੀਮ ਮੈਂਬਰ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਨਾਲ ਜੁੜਿਆ ਰਿਹਾ, ਅੱਜ ਉਹ ਸਾਡੇ ਨਾਲ ਹੈ ਜਾਂ ਉਹ ਅੱਜ ਸਾਡੇ ਨਾਲ ਨਹੀਂ ਹੈ, ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ ਕਰਦਾ। ਕਿਉਂਕਿ ਅੱਜ ਅਗਰ ਇੰਨੀ ਵੱਡੀ ਸੰਸਥਾ 'ਚ ਇੰਨੇ ਲੋਕਾਂ ਦੀ ਮਦਦ ਹੋਈ ਹੈ, ਸਭ ਤੋਂ ਵੱਡਾ ਤਾਂ ਅਕਾਲ ਪੁਰਖ ਦਾ ਧੰਨਵਾਦ, ਉਸ ਤੋਂ ਬਾਅਦ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਪਰਮਾਤਮਾ, ਕਿਉਂਕਿ ਤੁਹਾਡੇ ਸਾਥ ਤੋਂ ਬਿਨਾਂ ਨਹੀਂ ਹੋ ਸਕਦਾ। 10 ਸਾਲਾਂ ਦੇ ਵਿੱਚ ਲੱਖਾਂ ਲੋਕਾਂ ਦੀ ਅਗਰ ਹੈਲਪ ਕੀਤੀ ਹੈ ਉਹ ਤੁਸੀਂ ਕੀਤੀ ਹੈ। ਸੋਸ਼ਲ ਮੀਡੀਆ ਦਾ, ਫੇਸਬੁੱਕ ਦਾ, ਇੰਸਟਾਗ੍ਰਾਮ ਦਾ ਬਹੁਤ ਵੱਡਾ ਹੱਥ ਹੈ। ਅੱਜ ਦਿਵਾਲੀ ਦੇ ਇਸ ਪਾਵਨ ਪਵਿੱਤਰ ਦਿਨ 'ਤੇ, ਬੰਦੀ ਛੋੜ ਦਿਵਸ 'ਤੇ, ਕੋਈ ਬੰਦੇ ਅੱਜ ਮਨਾ ਰਹੇ ਨੇ, ਕੋਈ ਬੰਦੇ ਕੱਲ੍ਹ ਮਨਾ ਰਹੇ ਨੇ, ਸਾਡੇ ਲਈ ਤਾਂ 365 ਦਿਨ ਹੀ ਦਿਵਾਲੀ ਹੈ। ਮੈਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਦੀ ਜਿਹੜੀ ਪੂਰੀ ਟੀਮ ਦੀ 10ਵੀਂ ਦਿਵਾਲੀ ਹੈ ਜਿਹੜੀ ਉਹ ਇੱਥੇ ਮਨਾਈ ਜਾ ਰਹੀ ਹੈ, ਔਰ ਹਮੇਸ਼ਾ ਹੀ ਪਰਮਾਤਮਾ ਸਾਨੂੰ ਤੰਦਰੁਸਤੀ ਦੇਵੇ, ਸਾਹ ਬਖਸ਼ੇ, ਇੱਥੇ ਹੀ ਮਨਾਈ ਜਾਏਗੀ। ਔਰ ਅੱਜ ਜਿਹੜੇ ਤੁਸੀਂ ਆਹ ਪੇਸ਼ੈਂਟ ਬੈਠੇ ਦੇਖ ਰਹੇ ਹੋ, ਇਹ ਜਿਹੜੇ ਅੱਗੇ ਲਾਈਨ 'ਚ ਪੇਸ਼ੈਂਟ ਬੈਠੇ ਨੇ, ਇਹ ਸਾਰੇ ਸਾਡੇ ਕੋਲ ਰੈਗੂਲਰ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਅਸੀਂ ਡਾਇਲਸਿਸ ਪੇਸ਼ੈਂਟ ਕਹਿੰਦੇ ਹਾਂ। ਤਕਰੀਬਨ 100 ਦੇ ਨੇੜੇ ਤੇੜੇ ਪੇਸ਼ੈਂਟ ਨੇ ਲੁਧਿਆਣੇ ਸ਼ਹਿਰ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਤਾਂ ਇੰਡੀਆ ਦੇ ਵਿੱਚ ਸਾਡੇ ਕੋਲ ਡਾਇਲਸਿਸ ਪੇਸ਼ੈਂਟ ਬਹੁਤ ਜ਼ਿਆਦਾ ਨੇ, ਪਰ ਇਕੱਲੇ ਲੁਧਿਆਣੇ 'ਚ 100 ਡਾਇਲਸਿਸ ਪੇਸ਼ੈਂਟ ਨੇ ਜਿਨ੍ਹਾਂ ਦੇ ਪਰਿਵਾਰ ਦਾ ਖਰਚਾ, ਜਿਨ੍ਹਾਂ ਦੇ ਡਾਇਲਸਿਸ ਦਾ ਖਰਚਾ ਸਾਰਾ ਐਗਜ਼ਰੀਆ ਫਾਊਂਡੇਸ਼ਨ ਚੱਕ ਰਹੀ ਹੈ। ਅਤੇ ਮੈਂ ਤੁਹਾਨੂੰ ਇੱਕ ਇੱਕ ਪੇਸ਼ੈਂਟ ਮਲਵਾ ਵੀ ਦੇਣਾ। ਕਮਲਦੀਪ ਜੀ ਕੌਣ ਨੇ, ਬੈਠੋ। ਇਹ ਕਮਲਦੀਪ ਜੀ ਨੇ ਜਿਹੜੇ ਪਿਛਲੇ 4 ਮਹੀਨਿਆਂ ਤੋਂ ਡਾਇਲਸਿਸ ਦੀ ਸੇਵਾ ਇੱਥੋਂ ਲੈ ਰਹੇ ਨੇ। ਪੂਜਾ ਜੀ, ਇਹ ਭੈਣ ਸਾਡੀ ਪੂਜਾ ਜੀ ਜਿਹੜੀ ਭੈਣ ਸਪੈਸ਼ਲ ਪਟਿਆਲੇ ਤੋਂ ਇੱਥੋਂ ਮਦਦ ਲੈਣ ਆਉਂਦੀ ਹੈ। ਇਹ ਇਕੱਲੇ ਇਕੱਲੇ ਮਰੀਜ਼ ਦੀ ਨਾ ਬਹੁਤ ਵੱਡੀ ਅਤੇ ਬਹੁਤ ਡੂੰਘੀ ਕਹਾਣੀ ਹੈ ਜਿਹੜੀ ਮੈਂ ਇਨ ਸ਼ਾਰਟ ਤੁਹਾਨੂੰ ਜੇ ਦੱਸਾਂ ਤਾਂ ਉਹ ਦੱਸੀ ਨਹੀਂ ਜਾਣੀ ਕਿ ਇਹ ਭੈਣ ਕਿਸੇ ਟਾਈਮ ਮਰਨ ਤੱਕ ਜਾ ਰਹੀ ਸੀ, ਸੁਸਾਈਡ ਕਰਨ ਜਾ ਰਹੀ ਸੀ, ਪਰ ਇਹ ਤੁਹਾਡੇ ਸਾਰਿਆਂ ਦੇ ਸਾਥ ਨੇ ਬਚਾ ਲਿਆ ਇਹਨੂੰ। ਕਿਉਂਕਿ ਡਾਇਲਸਿਸ ਦਾ ਖਰਚਾ ਇੰਨਾ, ਘਰੇ ਤਾਂ ਛੋਟਾ ਨਿਆਣਾ ਹੈ, ਅਤੇ ਜੇ ਬਚੀ ਹੈ ਤਾਂ ਤੁਹਾਡੇ ਸਾਰਿਆਂ ਕਰਕੇ ਬਚੀ ਹੈ ਜਾਂ ਉਸ ਅਕਾਲ ਪੁਰਖ ਨੇ ਇਹਨੂੰ ਮਤ ਬਖਸ਼ੀ। ਇਹਦੇ ਡਾਇਲਸਿਸ ਚੱਲ ਰਹੇ ਨੇ ਪਿਛਲੇ 2.5 ਸਾਲ ਤੋਂ, ਤਾਂ 2.5 ਸਾਲ ਤੋਂ ਡਾਇਲਸਿਸ ਦਾ ਖਰਚਾ ਸਾਰਾ ਸੰਗਤ ਦੇ ਵੱਲੋਂ ਹੋ ਰਿਹਾ। ਹਰਪ੍ਰੀਤ ਜੀ, ਹਰਪ੍ਰੀਤ ਜੀ ਕੌਣ ਨੇ, ਹਰਪ੍ਰੀਤ ਜੀ ਪੇਸ਼ੈਂਟ ਨੇ ਜਿਹੜੇ ਪਿਛਲੇ 5 ਮਹੀਨੇ ਤੋਂ ਡਾਇਲਸਿਸ ਦੀ ਸੇਵਾ ਲੈ ਰਹੇ ਨੇ। ਸ਼ਿਵਾਨੀ ਪੇਸ਼ੈਂਟ ਕੌਣ ਹੈ ਜੀ, ਇਹ ਸ਼ਿਵਾਨੀ ਭੈਣ ਜੀ ਨੇ, ਇਹਨਾਂ ਦੀ ਵੀ ਕਿਡਨੀਆਂ ਖਰਾਬ ਨੇ, ਪਿਛਲੇ 6 ਮਹੀਨਿਆਂ ਤੋਂ ਡਾਇਲਸਿਸ ਦੀ ਸੇਵਾ ਲੈ ਰਹੇ ਨੇ। ਰਵੀ ਜੀ, ਇਹ ਰਵੀ ਜੀ ਨੇ ਇਹ ਤਕਰੀਬਨ ਪਿਛਲੇ 3-4 ਸਾਲਾਂ ਤੋਂ ਇੱਥੋਂ ਆਪਣੇ ਡਾਇਲਸਿਸ ਦੀ ਸੇਵਾ ਲੈ ਰਹੇ ਨੇ, ਕਿਉਂਕਿ ਡਾਇਲਸਿਸ ਦਾ ਖਰਚਾ ਮਹੀਨੇ ਦਾ ਘੱਟੋ ਘੱਟ 35-40 ਹਜ਼ਾਰ ਰੁਪਏ ਇੱਕ ਮਰੀਜ਼ ਦਾ ਹੈਗਾ। ਕੰਮ ਨਹੀਂ ਕੋਈ ਕਰ ਸਕਦਾ, ਰਾਸ਼ਨ ਦੀ ਸੇਵਾ, ਡਾਇਲਸਿਸ ਦੀ ਸੇਵਾ, ਟੀਕੇ ਦੀ ਸੇਵਾ, ਉਹ ਸਾਰੀ ਸੇਵਾ ਜਿਹੜੀ ਇੱਥੋਂ ਸੰਗਤ ਕਰਕੇ ਜਾਂਦੀ ਹੈ ਅਤੇ ਇਹਨਾਂ ਦੀ ਮਦਦ ਹੋ ਰਹੀ ਹੈ। ਜਗਦੇਵ ਜੀ, ਜਗਦੀਪ ਜੀ, ਇਹ ਵੀ ਤਕਰੀਬਨ ਪਿਛਲੇ 7 ਮਹੀਨਿਆਂ ਤੋਂ ਡਾਇਲਸਿਸ ਦੀ ਸੇਵਾ ਇੱਥੋਂ ਲੈ ਰਹੇ ਨੇ। ਸਾਕਸ਼ੀ ਜੀ, ਇਹਨਾਂ ਦੀ ਬੇਟੀ ਹੈ ਜੀ, ਉਹ ਵਿਚਾਰੀ 21-22 ਸਾਲ ਦੀ ਬੇਟੀ ਹੈ, ਕਿਡਨੀ ਟ੍ਰਾਂਸਪਲਾਂਟ ਵੀ ਇੱਕ ਵਾਰੀ ਹੋ ਚੁੱਕਾ ਹੈ, ਇਹਨਾਂ ਦਾ ਵੀ ਤਕਰੀਬਨ ਮਹੀਨੇ ਦਾ 25-30 ਹਜ਼ਾਰ ਰੁਪਏ ਖਰਚਾ, 1.5 ਸਾਲ ਤੋਂ ਮਦਦ ਲੈ ਰਹੇ ਨੇ। ਅਜੇ ਜੀ, ਅਜੇ ਭਰਾ, ਇਹ ਸਾਡਾ ਵੀਰ, ਆ ਜਾਓ, ਅੱਗੇ ਆ ਜਾਓ, ਇਹ ਸਾਡਾ ਵੀਰ ਟੀਮ ਮੈਂਬਰ ਵੀ ਹੈ ਅਤੇ ਸਾਡਾ ਪੇਸ਼ੈਂਟ ਵੀ ਹੈ। ਇਹ ਅਜੇ ਵੀਰ ਉਹ ਹੈ ਜਿਹਦੇ ਲਈ ਮੈਂ ਸਪੈਸ਼ਲ 2 ਮਿੰਟ ਲਾਊਂਗਾ।
ਸਾਡੇ ਕੋਲ ਜਦੋਂ ਕੋਈ ਵੀ ਡਾਇਲਸਿਸ ਪੇਸ਼ੈਂਟ ਆਉਂਦਾ ਅਤੇ ਅਸੀਂ ਉਹਨੂੰ ਐਗਜ਼ਾਮਪਲ ਦੇਣੀ ਹੋਵੇ ਕਿ ਜੀਣ ਦਾ ਕਾਰਨ ਕੀ ਹੈ, ਉਹ ਇਹ ਬੰਦਾ ਹੈ ਪ੍ਰਵਾਸੀ ਪਰ ਇਹ ਸਾਡਾ ਸਕੇ ਭਰਾਵਾਂ ਨਾਲੋਂ ਵੱਧ ਕੇ ਹੈ। 4.5 ਸਾਲ ਹੋ ਗਏ ਇਸ ਬੰਦੇ ਨੂੰ ਸਾਡੇ ਨਾਲ ਜੁੜੇ। ਇਸ ਬੰਦੇ ਨੇ ਕਦੀ ਸਾਨੂੰ ਇਹ ਵੀ ਨਹੀਂ ਕਿਹਾ ਹੋਣਾ ਕਿ ਬਾਊ ਜੀ ਮੇਰੇ ਘਰ 500 ਦਾ ਰਾਸ਼ਨ ਪਵਾ ਦਿਓ। ਅਸੀਂ ਇਹਨੂੰ ਆਪ ਕਹਿੰਦੇ ਕਿ ਤੂੰ ਕੰਮ ਨਾ ਕਰ, ਥੋੜ੍ਹਾ ਬਹੁਤਾ ਤੂੰ ਕੰਮ ਕਰ ਲੈ, ਘਰੇ ਤੇਰੇ ਛੋਟੇ ਜਵਾਕ ਨੇ। 4.5 ਸਾਲ ਤੋਂ ਡਾਇਲਸਿਸ ਕਰਾ ਰਹੇ ਹਾਂ, ਹਾਲਾਂਕਿ 4 ਦਿਨ ਪਹਿਲਾਂ ਇਹਨੂੰ ਖੁਸ਼ਖਬਰੀ ਵੀ ਮਿਲੀ, PGI ਤੋਂ ਫੋਨ ਆ ਗਿਆ ਕਿ ਕਿਡਨੀ ਮਿਲਣੀ ਆ ਜਾ। ਇਹ ਵਿਚਾਰਾ ਭੱਜਿਆ ਗਿਆ, 4-5 ਲੱਖ ਖਰਚਾ ਸੀ। ਅਸੀਂ ਕਿਹਾ ਕੋਈ ਨਹੀਂ, ਪੈਸੇ ਵੀ ਤਿਆਰ ਨੇ, ਤੂੰ ਜਾ। ਪਰ ਉੱਥੇ ਖੜੇ ਪੈਰ ਜਾ ਕੇ ਫਿਰ ਓਪਰੇਸ਼ਨ ਕੈਂਸਲ ਹੋ ਗਿਆ। ਇਹ ਬੰਦੇ 'ਚ ਪੋਜ਼ਿਟਿਵਿਟੀ ਬਹੁਤ ਜ਼ਿਆਦਾ, ਇਹਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਇਹਦੇ ਡਾਇਲਸਿਸ ਹੁੰਦੇ ਨੇ ਅਤੇ ਇਹਦੀ ਕਿਡਨੀਆਂ ਖਰਾਬ ਹੈ। ਖੁਸ਼ ਰਹਿੰਦਾ ਹੈ, ਤਗੜਾ ਹੈ ਮੈਂਟਲੀ, ਡਾਇਟ ਦਾ ਧਿਆਨ ਰੱਖਦਾ। ਤਾਂ ਮੈਂ ਜਦੋਂ ਵੀ ਸਾਡੇ ਕੋਲ ਕੋਈ ਡਾਇਲਸਿਸ ਪੇਸ਼ੈਂਟ ਆਉਂਦਾ ਸੀ, ਇਹਦੇ ਨਾਲ ਜ਼ਰੂਰ ਮਿਲਵਾਈਦਾ। ਸਾਨੂੰ ਕੋਈ ਵੀ ਪੁੱਛਦਾ ਕਿ ਸਾਡੇ ਡਾਇਲਸਿਸ ਹੁੰਦੇ ਨੇ ਕਿ ਅਸੀਂ ਹੁਣ ਸਿਰਫ ਥੋੜ੍ਹੇ ਦਿਨ ਜੀਵਾਂਗੇ, ਹੁਣ ਅਸੀਂ ਮਰ ਜਾਵਾਂਗੇ, ਇੱਦਾਂ ਨਹੀਂ ਹੈ। ਇਹ ਬੰਦਾ ਜਿੰਦੀ ਜਾਗਦੀ ਐਗਜ਼ਾਮਪਲ ਹੈ। 4.5 ਸਾਲ ਹੋ ਗਏ ਇਹਨੂੰ ਡਾਇਲਸਿਸ ਕਰਾਉਂਦੇ ਆਪਣੇ, 4.5 ਸਾਲ ਇੱਥੋਂ ਡਾਇਲਸਿਸ ਦੀ ਮਦਦ ਲੈ ਰਹੇ, ਟੋਟਲ 7 ਸਾਲ ਹੋ ਗਏ। ਪੂਰੀ ਚੜ੍ਹਦੀ ਕਲਾ ਇਹਨੂੰ, ਕੋਈ ਦਿੱਕਤ ਨਹੀਂ, ਥੋੜ੍ਹੀ ਬਹੁਤੀ ਤਬੀਅਤ ਖਰਾਬ ਹੁੰਦੀ ਹੈ ਪਰ ਆਪਣੇ ਆਪ ਨੂੰ ਮੈਨੇਜ ਕਰ ਲੈਂਦਾ। ਅਤੇ ਮੈਂ ਕੋਸ਼ਿਸ਼ ਬੇਨਤੀ ਕਰੂੰਗਾ ਕਿ ਜੇਕਰ ਤੁਹਾਨੂੰ ਰੱਬ ਨਾ ਕਰੇ ਕਦੀ ਕਿਡਨੀਆਂ ਖਰਾਬ ਹੁੰਦੀਆਂ ਨੇ, ਇਹਦੇ ਕੋਲ ਆ ਕੇ ਜ਼ਰੂਰ ਆਪਣਾ ਐਕਸਪੀਰੀਅੰਸ ਲੈ ਲਿਆ ਕਰੋ ਕੀ ਖਾਣਾ ਕੀ ਨਹੀਂ ਖਾਣਾ, ਕੀ ਪਰਹੇਜ਼ ਕਰਨਾ, ਕਿਉਂਕਿ ਇਸ ਤੋਂ ਵੱਡਾ ਤਾਂ ਤੁਹਾਨੂੰ ਕੌਣ ਹੀ ਸ਼ੇਅਰ ਕਰੇਗਾ। ਡਾਕਟਰ ਤਾਂ ਠੀਕ ਹੈ, ਡਾਕਟਰ ਦੀ ਆਪਣੀਆਂ ਕਿਡਨੀਆਂ ਥੋੜ੍ਹੀ ਖਰਾਬ ਹੋਈਆਂ ਕਦੀ, ਉਹ ਤਾਂ ਇੱਕ ਕਿਤਾਬੀ ਪੜ੍ਹਾਈ ਤੁਹਾਨੂੰ ਦੱਸ ਦੇਗਾ ਆਹ ਖਾ ਲਓ ਆਹ ਨਾ ਖਾਓ, ਪਰ ਇਹਦੀਆਂ ਤਾਂ ਆਪਣੀਆਂ ਕਿਡਨੀਆਂ ਖਰਾਬ ਨੇ 7 ਸਾਲ ਤੋਂ। ਅਤੇ ਆਪ ਧਿਆਨ ਰੱਖਦਾ, ਆਪਣਾ ਇਲਾਜ ਵੀ ਕਰਾ ਰਿਹਾ ਅਤੇ ਇਲਾਜ ਵੀ ਹੋ ਰਿਹਾ। ਔਰ ਆਪ ਕੁਛ ਕਹਿਣਾ ਚਾਹਤੇ? ਖੁਸ਼ ਰਹੋ, ਪਰਮਾਤਮਾ ਕਾ ਸ਼ੁਕਰੀਆ। ਬਹੁਤ ਹੀਰਾ ਬੰਦਾ, ਬੜਾ ਸ਼ਰੀਫ ਬੰਦਾ, ਔਰ ਰੋਜ਼ ਸਾਡੇ ਕੋਲ ਇੱਥੇ ਆਉਂਦਾ, ਕਿਉਂਕਿ ਕਈ ਵਾਰ ਡੋਨਰਾਂ ਨੇ ਵੀ ਸਾਨੂੰ ਇਹਨੂੰ ਮਿਲਿਆ ਹੋਣਾ ਕਿ ਇਹ ਰੋਜ਼ ਕਿਉਂ ਬਹਿੰਦਾ, ਇਹ ਰੋਜ਼ ਕਿਉਂ ਬਹਿੰਦਾ, ਇਹ ਰੋਜ਼ ਕਿਉਂ ਬਹਿੰਦਾ। ਇਹਦਾ ਕਾਰਨ ਇਹ ਹੈ ਕਿ ਆ ਜਿਹੜੇ ਸਾਰੇ ਮਰੀਜ਼ ਨੇ ਨਾ, ਇਹ ਇੱਥੇ ਵਾਰ ਵਾਰ ਨਹੀਂ ਆ ਸਕਦੇ। ਜਿਵੇਂ ਹੁਣ ਇਹ ਪਟਿਆਲੇ ਤੋਂ ਕਿੱਥੋਂ ਆਵੇ, ਇਹ ਵੀਰ ਰੋਜ਼ ਕਿੱਥੋਂ ਆਉਣ, ਤਾਂ ਫਿਰ ਅਸੀਂ ਕੀ ਕਰਦੇ ਹਾਂ, ਇਹ ਜਿਹੜੇ ਸਾਡੇ ਕੋਲ ਅਜੇ ਹੈ ਜਾਂ ਬਾਪੂ ਜੀ ਨੇ ਜਾਂ ਇਹ ਵੀਰ ਹੈ, ਅਸੀਂ ਡੋਨਰਾਂ ਨੂੰ ਇਹਨਾਂ ਨੂੰ ਸੇਵਾ ਦਵਾ ਕੇ ਫਿਰ ਜਿਹੜੀ ਇਹ ਸੇਵਾ ਇਹਨਾਂ ਕੋਲ ਇਕੱਠੀ ਹੁੰਦੀ ਹੈ, ਫਿਰ ਉਹ ਸਾਰਿਆਂ ਦੇ ਡਾਇਲਸਿਸ ਦੇ ਪੈਸੇ ਉਹਨਾਂ ਦੇ ਖਾਤੇ 'ਚੋਂ ਕੱਟੇ ਜਾਂਦੇ ਆ। ਕਿਉਂਕਿ ਇਹਨਾਂ ਦੇ ਸਾਰਿਆਂ ਦੇ ਡਾਇਲਸਿਸ ਅਲੱਗ ਅਲੱਗ ਹੋਸਪਿਟਲ 'ਚ ਹੁੰਦੇ ਨੇ, ਤਾਂ ਫਿਰ ਇਹਨਾਂ ਕੋਲ ਜਿਹੜੀ ਮਾਇਆ ਇਕੱਠੀ ਹੁੰਦੀ ਹੈ, ਇਹ ਜਾ ਕੇ ਬਾਕੀ ਮਰੀਜ਼ਾਂ ਦੀ ਵੀ ਮਾਇਆ ਜਮ੍ਹਾਂ ਕਰਾਉਂਦੇ ਨੇ। ਇਹ ਨਹੀਂ ਕਿ ਤੁਸੀਂ ਜੇ 50,000 ਰੁਪਏ ਅੱਜ ਇਹਨੂੰ ਦਿੱਤਾ ਜਾਂ ਇਹਨਾਂ ਨੂੰ ਦਿੱਤਾ ਤਾਂ ਸਿਰਫ ਉਹ 50,000 ਰੁਪਏ ਦਾ ਇਹਨਾਂ ਦਾ ਇਲਾਜ ਹੋਏਗਾ। ਹੋ ਸਕਦਾ ਉਹਦੇ 'ਚੋਂ ਇਹਦੇ ਵੀ ਡਾਇਲਸਿਸ ਹੋ ਜਾਣ ਖਾਤੇ 'ਚੋਂ, ਹੋ ਸਕਦਾ ਇਹਨਾਂ ਦੇ ਵੀ ਡਾਇਲਸਿਸ ਹੋ ਜਾਣ, ਹੋ ਸਕਦਾ ਕਿਸੇ ਮਰੀਜ਼ ਦੇ ਹੋਰ ਵੀ ਹੋ ਜਾਣ। ਇਹ ਹਿਸਾਬ ਹੈ। ਜਗਜੀਤ ਜੀ, ਇਹ ਬਾਪੂ ਜੀ ਨੇ ਸਾਡੇ, ਇਹ ਵੀ ਤਕਰੀਬਨ 1.5-2.5 ਸਾਲ ਤੋਂ ਇੱਥੇ, 2 ਸਾਲ ਤੋਂ ਆ ਰਹੇ ਨੇ। ਇਹਨਾਂ ਦਾ ਬੇਟਾ ਹੈ ਅਤੇ ਇਹ ਵੀ ਸਾਡੇ ਬਾਪੂ ਜੀ, ਸਾਡੇ ਸਕੇ ਬਾਪੂ ਜੀ ਵਰਗੇ ਨੇ। ਇਹ ਵੀ ਇੱਥੇ ਰੋਜ਼ ਆਉਂਦੇ ਨੇ ਕਿਉਂਕਿ ਖੜੇ ਪੈਰ ਡੋਨਰ ਕੋਲ ਟਾਈਮ ਨਹੀਂ ਹੁੰਦਾ, ਜਲਦੀ ਜਾਣਾ ਹੁੰਦਾ ਅਤੇ ਪੇਸ਼ੈਂਟ ਵੀ ਸਾਡੇ ਕੋਲ ਇੱਦਾਂ ਦਾ ਨਹੀਂ ਹੁੰਦਾ ਜਿਹਨੂੰ ਖੜੇ ਪੈਰ ਅਸੀਂ ਪੈਸੇ ਫੜਾ ਦਈਏ ਇੱਦਾਂ ਹੀ। ਤਾਂ ਫਿਰ ਬਾਪੂ ਜੀ ਨੂੰ ਸੇਵਾ ਕਰਕੇ ਅਸੀਂ ਬਾਪੂ ਜੀ ਨੂੰ ਬੜੀ ਵਾਰ ਕਹਿੰਦੇ ਹਾਂ ਕਿ ਬਾਪੂ ਜੀ ਤੁਹਾਡੇ ਕੋਲ ਅੱਜ 50,000 ਹੈਗਾ ਡੋਨਰ ਦੇ ਕੇ ਗਿਆ, ਅੱਜ ਦੂਜੇ ਮਰੀਜ਼ ਨੂੰ ਲੋੜ ਹੈ ਤੁਸੀਂ ਉਹਨੂੰ ਦੇ ਦਿਓ। ਤਾਂ ਬਾਪੂ ਕਹਿੰਦਾ 50 ਦਾ 50 ਹੀ ਉਹਨੂੰ ਦੇ ਦਿਓ, ਫਿਲਹਾਲ ਮੈਨੂੰ ਹਜੇ ਲੋੜ ਹੈ ਨਹੀਂ। ਤਾਂ ਬਾਪੂ ਜੀ ਤਕਰੀਬਨ 2 ਸਾਲ ਤੋਂ ਮਦਦ ਲੈ ਰਹੇ ਨੇ ਆਪਣੇ ਬੇਟੇ ਲਈ। ਵਾਹਿਗੁਰੂ, ਮਦਦ ਚੱਲ ਰਹੀ ਬਾਪੂ ਜੀ ਤੁਹਾਡੀ 2 ਸਾਲ ਤੇਰੇ ਕਿਰਪਾ, ਵਾਹਿਗੁਰੂ, ਵਾਹਿਗੁਰੂ ਦੀ ਕਿਰਪਾ। ਤਾਂ ਇਹ ਬਾਪੂ ਜੀ ਇੱਥੇ ਰੋਜ਼ ਆਉਂਦੇ ਨੇ ਅਤੇ ਬੜੇ ਡੋਨਰ ਇਹਨਾਂ ਦੀ ਹੈਲਪ ਵੀ ਕਰਕੇ ਜਾਂਦੇ ਨੇ, ਪਰ ਇਹਨਾਂ ਦੀ ਮਾਇਆ ਦੇ ਨਾਲ ਇਹਨਾਂ ਨੇ ਕਦੀ ਨਹੀਂ ਕਿਹਾ। ਕਈ ਵਾਰ ਡੋਨਰ ਕਹਿੰਦਾ ਕਿ ਮੈਂ ਨਾ ਪਰਸਨਲ ਬਾਪੂ ਜੀ ਨੂੰ 10,000 ਦੇਣਾ, ਬਾਪੂ ਜੀ ਉਹ ਵੀ 10,000 ਕਹਿੰਦੇ ਨੇ, ਯਾਰ ਕਿਸੇ ਹੋਰ ਮਰੀਜ਼ ਨੂੰ ਦਵਾ ਦਿਓ, ਮੈਨੂੰ ਲੋੜ ਨਹੀਂ ਹੈਗੀ ਕਿ ਹੋਰ ਮਰੀਜ਼ ਨੂੰ ਵਿਚਾਰੇ ਨੂੰ ਕਿਸੇ ਦਾ ਇਲਾਜ ਕਰਾ ਦਿਓ। ਤਾਂ ਇਹ ਉਹ ਇਮਾਨਦਾਰ ਮਰੀਜ਼ ਨੇ ਜਿਹੜੇ ਇਮਾਨਦਾਰੀ ਨਾਲ ਮਦਦ ਲੈ ਰਹੇ ਨੇ। ਕਈ ਉਹ ਵੀ ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਮਤਲਬ ਗਲਤ ਵੀ ਕੰਮ ਕਰ ਜਾਂਦੇ ਨੇ, ਪੈਸੇ ਦਵਾਓ ਅੱਧੇ ਜੇਬ 'ਚ ਪਾ ਜਾਂਦੇ ਨੇ, ਅੱਧੇ ਕਹਿੰਦੇ ਨੇ ਪਤਾ ਨਹੀਂ ਕਿੱਥੇ ਗਏ। ਤਾਂ ਡੋਨਰ ਦੇ ਕੇ ਜਾਂਦਾ 20,000, ਨਿਕਲਦਾ 10,000 ਉਹਨਾਂ 'ਚੋਂ, ਫਿਰ ਉਹ ਇੱਦਾਂ ਦਾ ਵੀ ਹੁੰਦਾ ਕਈ ਵਾਰੀ। ਪਰ ਚਲੋ ਇਹਨਾਂ ਦੇ ਕਰਮ ਨੇ। ਬੈਠੋ ਜੀ। ਇਹ ਹੀਰਾ ਲਾਲ ਹੈ ਜੀ, ਹੀਰਾ ਲਾਲ ਜੀ ਵੀ 3 ਸਾਲ ਤੋਂ ਇੱਥੋਂ ਡਾਇਲਸਿਸ ਦੀ ਸੇਵਾ ਲੈ ਰਹੇ ਨੇ। ਇਹ ਵੀ ਸਾਡੇ ਭਰਾ ਨੇ, ਬੜੇ ਇਮਾਨਦਾਰ ਅਤੇ ਬੜੇ ਸਾਫ਼ ਦਿਲ ਇਨਸਾਨ ਨੇ। ਇਹਨਾਂ ਦੀ ਵੀ 3 ਸਾਲ ਤੋਂ ਇੱਥੋਂ ਮਦਦ ਚੱਲ ਰਹੀ ਹੈ, ਇਹਨਾਂ ਦਾ ਵੀ ਉਹੀ ਡਾਇਲਸਿਸ ਵਾਲਾ ਹਿਸਾਬ ਕਿਤਾਬ ਹੈ। ਬੈਠੋ ਜੀ। ਇਹ ਸਾਡਾ ਅਜੀਤ ਭਰਾ ਜੀ,
ਇਹ ਬਾਈ ਦੀ ਵੀ ਕਾਫੀ ਇਮੋਸ਼ਨਲ ਜੀ ਸਟੋਰੀ ਹੈ। ਘਰੇ ਚਾਰ ਜਵਾਕ ਨੇ, ਇਲਾਜ ਚੱਲਦਾ ਹੈ, ਡਾਇਲਸਿਸ ਦੇ ਪੈਸੇ ਨਹੀਂ, ਇਹਨਾਂ ਦੀ ਕਾਹਦੀ ਦਿਵਾਲੀ। ਤਾਂ ਅੱਜ ਸਾਡੀ ਪੂਰੀ ਡੋਨਰਸ ਵੱਲੋਂ ਇਹਨਾਂ ਦੀ ਜਿਹੜੀ ਸੇਵਾ ਦੇ ਵਿੱਚ ਚਾਵਲ ਅਤੇ ਜੋ ਦਿਵਾਲੀ ਗਿਫਟ ਆ, ਡੋਨਰ ਆ ਰਹੇ ਨੇ ਸਾਡੇ ਕੋਲ, ਛੋਟੇ ਛੋਟੇ ਬੱਚੇ ਵੀ ਦੇਖੋ ਦਿਵਾਲੀ ਮਨਾਉਣ ਆਏ ਹੋਏ ਨੇ, ਤਾਂ ਇਹਨਾਂ ਸਾਰਿਆਂ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੀ ਵਧੀਆ ਦਿਵਾਲੀ ਮਨਾਈ ਜਾਵੇ। ਬਾਕੀ ਮੇਰੀ ਟੀਮ ਦਾ ਜਿਹੜੀ ਕੈਮਰੇ ਪਿੱਛੇ ਬਨਸੇਜ ਵੀਰਾ ਹਰ ਵਾਰੀ ਵੀਡੀਓ ਬਣਾਉਂਦਾ, ਕਦੀ ਵੀਡੀਓ ਅੱਗੇ ਨਹੀਂ ਆਇਆ ਨਾ ਆਉਣਾ ਚਾਹੁੰਦਾ, ਬੜੀ ਤਨਦੇਹੀ ਨਾਲ ਸ਼ਿੱਦਤ ਨਾਲ ਵੀਡੀਓ ਬਣਾਉਂਦਾ। ਜਿਵੇਂ ਫਿਲਮ ਸ਼ੂਟ ਹੋ ਰਹੀ ਹੁੰਦੀ ਹੈ ਨਾ, ਪੈਸੇ ਮਿਲਦੇ ਨੇ ਸਾਨੂੰ ਬਾਹੂਬਲੀ ਦੇ, ਪਰ ਇਹਨੂੰ ਕੋਈ ਪੈਸਾ ਨਹੀਂ ਮਿਲਦਾ, ਆਪਣਾ ਫੋਨ ਯੂਜ ਕਰਕੇ ਸਾਨੂੰ ਵੀਡੀਓ ਦੇ ਜਾਂਦਾ, ਵਿਚਾਰਾ ਖੜਾ ਰਹਿੰਦਾ ਤੁਸੀਂ ਦੇਖੋ ਫੋਨ ਫੜ ਕੇ ਨਾ ਅੱਧਾ ਅੱਧਾ ਘੰਟਾ। ਤਾਂ ਇਹਦਾ ਬਹੁਤ ਧੰਨਵਾਦ ਸਾਡੀ ਟੀਮ ਦੀ, ਆ ਭੈਣਾਂ ਦਾ ਬਹੁਤ ਧੰਨਵਾਦ, ਉਹ ਬਾਪੂ ਜੀ ਆਏ ਹੋਏ ਨੇ, ਇਹ ਸਾਰੇ ਸਾਡੇ ਟੀਮ ਮੈਂਬਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਭ ਦਾ ਬਹੁਤ ਧੰਨਵਾਦ। ਅਤੇ ਇੱਕ ਵਾਰੀ ਫਿਰ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਕਿ ਇਹ ਸਾਰਾ ਕਾਰਜ, ਆ ਜਿਹੜੇ ਮੈਂ ਤੁਹਾਨੂੰ ਆਹ ਦੱਸਿਆ ਨਾ ਹਿਸਾਬ ਕਿਤਾਬ, ਇਹ ਲੱਖਾਂ ਦਾ ਖਰਚਾ ਹੈ ਰੋਜ਼ ਦਾ, ਲੱਖਾਂ ਦਾ। ਸਾਡੇ ਗਰੁੱਪ ਤੁਸੀਂ ਆ ਕੇ ਵਟਸਐਪ 'ਤੇ ਕਦੀ ਚੈੱਕ ਕਰੋ, ਮਹੀਨੇ ਦੀ 25-30 ਲੱਖ ਰੁਪਏ ਦੀ ਕਈ ਵਾਰ ਦਵਾਈ ਚੱਲ ਜਾਂਦੀ ਹੈ। ਇਹ ਸਭ ਕੁਛ ਤੁਸੀਂ ਕਰ ਰਹੇ ਹੋ, ਮੇਰੀ ਕੋਈ ਔਕਾਤ ਨਹੀਂ, ਨਾ ਮੇਰੇ ਕੋਲ ਇੰਨੇ ਪੈਸੇ ਨੇ, ਜਿੰਨੀ ਕੁ ਸਾਡੇ ਕੋਲ ਹੁੰਦੀ ਅਸੀਂ ਕਰਦੇ ਰਹਿੰਦੇ ਹਾਂ। ਬਾਕੀ ਇੱਕੋ ਹੀ ਬੇਨਤੀ ਹੈ ਕਿ ਜੁੜੋ ਏਕ ਜ਼ਰੀਆ ਫਾਊਂਡੇਸ਼ਨ ਦੇ ਨਾਲ, ਜਿਹੜੇ ਇਸ ਤੋਂ ਪਿੱਛੇ ਮਰੀਜ਼ ਬੈਠੇ ਨੇ ਉਹ ਸਾਰੇ ਓਪਰੇਸ਼ਨਲ ਜਾਂ ਵਨ ਟਾਈਮ ਜਾਂ ਡਾਇਲਸਿਸ ਇੱਕ ਵਾਰੀ ਹੋ ਗਿਆ ਜਾਂ ਛੋਟਾ ਮੋਟਾ ਕੋਈ ਓਪਰੇਸ਼ਨ ਕਰਾ ਤਾ, ਉਹ ਵਾਲੇ ਮਰੀਜ਼ ਨੇ। ਤਾਂ ਤਕਰੀਬਨ 2-2.5 ਲੱਖ ਪੇਸ਼ੈਂਟ ਦੀ ਹੁਣ ਤੱਕ ਹੈਲਪ ਹੋ ਚੁੱਕੀ ਹੈ ਤੁਹਾਡੇ ਸਾਥ ਨਾਲ। ਅੱਗੇ ਵੀ ਮੈਂ ਚਾਹੁੰਦਾ, ਵੈਸੇ ਤਾਂ ਇਹ ਐਨ ਜੀ ਓ ਬੰਦ ਹੋ ਜਾਵੇ ਕਿ ਕਿਸੇ ਨੂੰ ਲੋੜ ਹੀ ਨਾ ਪਵੇ, ਪਰ ਕੌੜਾ ਸੱਚ ਇਹ ਹੈ ਕਿ ਲੋੜਵੰਦ ਸੁਸਾਇਟੀ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ। 100, 50, 500 ਸ਼ਰਮ ਨਾ ਕਰੋ ਇੱਥੇ ਮਾਇਆ ਲਿਆਉਣ ਲਈ, ਆਓ ਆ ਕੇ ਸਿੱਧੀ ਮਦਦ ਕਰੋ। ਅਸੀਂ ਨਹੀਂ ਕਹਿੰਦੇ ਤੁਸੀਂ ਸਾਨੂੰ ਜ਼ਿੰਮੇਦਾਰੀ ਦਿਓ, ਆਪ ਆਓ ਸਾਡੇ ਟੀਮ ਮੈਂਬਰ ਬਣੋ ਔਰ ਸਾਡੇ ਕੋਲ ਜ਼ਿੰਮੇਦਾਰੀ ਲਓ ਕਿ ਬਾਈ ਜੀ ਦੱਸੋ ਕਿੰਨੀ ਮਾਇਆ ਇਕੱਠੀ ਹੋਈ, ਕਿੱਥੇ ਗਈ, ਕਿਹਨੂੰ ਗਈ, ਇਹਨੂੰ ਕਿਉਂ ਨਹੀਂ ਦਿੱਤੀ, ਉਹਨੂੰ ਕਿਉਂ ਨਹੀਂ ਦਿੱਤੀ, ਇਹਨੂੰ ਜ਼ਿਆਦਾ ਕਿਉਂ ਦੇਤੀ, ਉਹਨੂੰ ਘੱਟ ਕਿਉਂ ਦੇਤੀ। ਤਾਂ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ। ਮੈਂ ਸੰਗਤ ਨੂੰ ਦੂਰੋਂ ਨੇੜਿਓ ਬੇਨਤੀ ਕਰਨਾ ਚਾਹੁੰਦਾ ਕਿ ਇਸ ਤੋਂ ਪਹਿਲੀ ਵਾਲੀ ਜਿਹੜੀ ਤੁਸੀਂ ਵੀਡੀਓ ਦੇਖੀ ਹੋਏਗੀ ਉਹ ਸਾਡੀ ਨਵੀਂ ਲੋਕੇਸ਼ਨ ਏਕ ਜ਼ਰੀਆ ਫਾਊਂਡੇਸ਼ਨ ਦੀ ਜਿਹੜੀ ਤੀਰਥ ਬਣਨ ਜਾ ਰਿਹਾ, ਉਹਦੇ ਵਿੱਚ ਵੀ ਆਪਣਾ ਯੋਗਦਾਨ ਜ਼ਰੂਰ ਪਾਇਓ। ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਕੋਲ ਮਿਹਨਤ ਕਰਕੇ ਹੱਥ ਅੱਡਾਂਗੇ, ਇੱਕ ਇੱਕ ਬੋਰੀ ਸੀਮਿੰਟ ਦੀ, ਤੁਹਾਡਾ ਰੇਤਾ ਸੀਮਿੰਟ ਸਾਰਿਆਂ ਦੇ ਲਈ ਅਸੀਂ ਤੁਹਾਡੇ ਕੋਲ ਹੱਥ ਅੱਡਾਂਗੇ। ਤਾਂ ਤੁਸੀਂ ਸਾਡਾ ਸਾਥ ਦੇਣਾ, ਇੱਕ ਸੀਮਿੰਟ ਦੀ ਬੋਰੀ, 2 ਬੋਰੀਆਂ, ਜਿੰਨੀਆਂ ਦੇ ਸਕੋ ਦਿਓ। ਸਾਡੇ ਨੰਬਰ ਦਿੱਤੇ ਗਏ ਨੇ ਵੀਡੀਓ ਉੱਪਰ, ਤੁਸੀਂ ਕਾਲ ਵਟਸਐਪ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਇੱਕ ਵਾਰੀ ਫਿਰ ਦਿਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਧੰਨਵਾਦ।